ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ। ਇੱਕੋ ਤਵੀ ਤੇ ਉਹਦੇ ਘਰ ਦਾ ਨੀ, ਜਦੋਂ ਲੜਦਾ ਤੇ ਲਾ ਦੇ ਘਰ ਦਾ ਨੀ, ਜਦੋਂ ਲੜਦਾ ਤੇ ਲਾ ਦੇ ਘਰ ਦਾ ਨੀ। ਲਓ ਜੀ, ਇੱਕੋ ਹੀ ਤਵੀਤ ਪਾਇਆ, ਇੱਕੋ ਹੀ ਗਹਿਣਾ ਪਾਇਆ, ਉਹ ਵੀ ਲਾਉਂਦੇ ਨੇ, ਹੈ ਕਮਾਲ ਹੋ ਗਈ ਤੁਹਾਡੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੀ ਤੁਹਾਡੀ ਗੁਲਾਬੋ ਦੀ ਭੈਣ ਰੋਜੀ। ਪਛਾਣ ਤਾਂ ਤੁਸੀਂ ਮੈਨੂੰ ਲਿਆ ਹੋਣਾ। ਆ ਜਿਹੜੀ ਗੁਲਾਬੋ ਆ ਨਾ, ਆ ਸਾਰੇ ਗਹਿਣੇ ਮੈਥੋਂ ਮੰਗ ਕੇ ਲੈ ਜਾਂਦੀ ਆ। ਮੈਨੂੰ ਸਮਝ ਨਹੀਂ ਲੱਗਦੀ ਵੀ ਮੈਂ ਕੀ ਪਾਊਂਗੀ। ਆ ਵੇਖ ਲਓ, ਅੱਜ ਮੇਰੀ ਮੈਚਿੰਗ ਚੂੜੀਆਂ ਵੀ ਲੈ ਗਈ ਹੈ, ਮੈਂ ਕੀ ਪਾਵਾਂ। ਮੈਨੂੰ ਪਤਾ ਨਹੀਂ ਲੱਗਦਾ ਵੀ ਜਦੋਂ ਉਹਨੂੰ ਕਿਤੇ ਜਾਣਾ ਹੁੰਦਾ, ਮੈਨੂੰ ਕਿਤੇ ਜਾਣਾ ਹੁੰਦਾ, ਸਾਡੀ ਇੱਕੋ ਚੀਜ਼ ਕਰਕੇ ਲੜਾਈ ਕਿਉਂ ਹੁੰਦੀ ਹੈ? ਉਹ ਨੇ ਜੀ ਗਹਿਣੇ, ਅਤੇ ਅੱਜ ਦਾ ਸਾਡਾ ਟੌਪਿਕ ਵੀ ਇਹੀ ਹੈ ਜੀ, ਗਹਿਣੇ। ਗੱਲਾਂ ਕਰਾਂਗੇ ਜੀ, ਫੋਨ ਕਰਨਾ ਤੁਸੀਂ 3472521232 'ਤੇ, ਅਤੇ ਦੱਸਣਾ ਆ ਵੀ ਤੁਹਾਨੂੰ ਗਹਿਣੇ ਕਿੰਨੇ ਕੁ ਪਸੰਦ ਨੇ। ਨਾਲੇ ਤੁਸੀਂ ਵੀ ਕਦੀ ਇੱਦਾਂ ਕਰਦੇ ਹੋ ਵੀ ਕਿਸੇ ਦੇ ਗਹਿਣੇ ਮੰਗ ਕੇ ਲੈ ਜਾਂਦੇ ਹੋ? ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜੇ ਆਪਣੇ ਕੋਲ ਗਹਿਣੇ ਨਹੀਂ ਹੈਗੇ ਤਾਂ ਕਿਸੇ ਕੋਲੋਂ ਮੰਗਣ ਦੀ ਕੀ ਲੋੜ ਆ? ਫਿਰ ਮੁੜ ਕੇ ਬੇਇੱਜ਼ਤੀ ਹੋ ਜਾਂਦੀ ਹੈ ਨਾ, ਜਦੋਂ ਫੰਕਸ਼ਨ ਵਿੱਚ ਜਾ ਕੇ ਉਹਦਾ ਹੀ ਬੱਚਾ ਜਾ ਕੇ ਕਹਿ ਦਿੰਦਾ ਆ, ਆਂਟੀ ਇਹ ਗਹਿਣੇ ਤਾਂ ਮੇਰੇ ਮੰਮੀ ਦੇ ਨੇ। ਹੁੰਦਾ ਆ ਨਾ ਇੱਦਾਂ? ਅਤੇ ਕਈ ਵਾਰ ਤਾਂ ਵਿਪਤਾ ਉਦੋਂ ਪੈ ਜਾਂਦੀ ਹੈ ਜਦੋਂ ਗਹਿਣੇ ਮੰਗ ਕੇ ਲੈ ਜਾਓ ਅਤੇ ਮੁੜ ਕੇ ਉਹ ਗੁਆਚ ਜਾਂਦੇ ਨੇ। ਫਿਰ ਮੈਚਿੰਗ ਸੇਮ ਉੱਦਾਂ ਦੇ ਬਾਜ਼ਾਰੋਂ ਜਾ ਕੇ ਪਹਿਲਾਂ ਬੰਦਾ ਲੈ ਕੇ ਆਉਂਦਾ, ਫਿਰ ਉਹਨੂੰ ਉਹੀ ਗਹਿਣੇ ਮੋੜਦਾ ਆ। ਵੀ ਬੰਦਾ ਪੁੱਛੇ ਤੁਸੀਂ ਕੀ ਖੱਟਿਆ, ਪੈਸੇ ਵੀ ਬਰਬਾਦ ਕੀਤੇ, ਅਗਲੇ ਦੇ ਗਹਿਣੇ ਵੀ ਚੋਰੀ ਹੋ ਗਏ, ਨਵੇਂ ਵੀ ਲੈ ਕੇ ਦੇ ਤੇ, ਹੈ ਨਾ? ਹੈਗਾ ਤਾਂ ਪੰਗਾ ਹੀ ਹੈ ਨਾ, ਇਸ ਤੋਂ ਚੰਗਾ ਰਹਿਣ ਹੀ ਦਿਓ। ਮੈਂ ਕਹਿੰਦੀ ਹਾਂ ਗਹਿਣੇ ਦਾ ਕਲੇਸ਼ ਹੀ ਮੁਕਾਓ। ਇਹ ਕੁੜੀਆਂ ਨੂੰ ਇੰਨਾ ਚਾਅ ਗਹਿਣਿਆਂ ਦਾ, ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਕਿੱਦਾਂ ਦੇ ਗਹਿਣੇ ਪਸੰਦ ਨੇ? ਮੈਨੂੰ ਤਾਂ ਇਹ ਕੰਨਾਂ ਦੀ ਜਿਹੜੀ ਵਾਲੀਆਂ ਹੁੰਦੀਆਂ ਨਾ, ਵਾਲੀਆਂ ਹੀ ਪਸੰਦ ਨੇ। ਆ ਵੇਖੋ ਅੱਜ ਮੈਂ ਕਿੰਨੀਆਂ ਸੋਹਣੀਆਂ ਪਾ ਕੇ ਆਈ ਹੋਈ ਹਾਂ। ਇਹਨੂੰ ਕਿਤੇ ਪਤਾ ਨਾ ਲੱਗ ਜਾਵੇ ਗੁਲਾਬੋ ਨੂੰ ਕਿ ਮੈਂ ਇਹ ਪਾਏ ਨੇ, ਨਹੀਂ ਤਾਂ ਉਹਨੇ ਮੈਨੂੰ ਕਹਿਣਾ ਵੀ ਭਰਾ ਇਹ ਮੇਰੇ ਮੈਚਿੰਗ ਨੇ, ਮੈਨੂੰ ਹੀ ਦੇ ਦੇ। ਓਹੋ, ਇੰਨਾ ਦੁਖੀ ਕਰਦੀ ਹੈ ਨਾ। ਕਈ ਵਾਰ ਤਾਂ ਇੱਦਾਂ ਹੁੰਦਾ ਆਪਾਂ ਸੇਮ ਸੇਮ ਕੱਪੜੇ ਪਾਉਣੇ ਹੁੰਦੇ ਇੱਕੋ ਰੰਗ ਦੇ, ਜੇ ਆਪਾਂ ਪਾ ਲਿਆ ਇੱਕੋ ਹੀ ਰੰਗ ਦਾ ਸੂਟ ਤਾਂ ਫਿਰ ਉਹਨੂੰ ਵਿਪਤਾ ਪੈ ਜਾਂਦੀ ਹੈ ਵੀ ਉਹਦੇ ਰੰਗ ਦੀਆਂ ਸਾਰੀਆਂ ਚੂੜੀਆਂ ਉਹੀ ਲੈ ਜੇ, ਉਹਦੇ ਰੰਗ ਦੀਆਂ ਸਾਰੀਆਂ ਅੰਗੂਠੀਆਂ ਉਹੀ ਲੈ ਜੇ। ਵੀ ਮੈਂ ਨਹੀਂ ਸੋਹਣੀ ਲੱਗ ਸਕਦੀ? ਮੈਨੂੰ ਇਹ ਨਹੀਂ ਸਮਝ ਲੱਗਦੀ ਉਹ ਇੱਦਾਂ ਕਿਉਂ ਕਰਦੀ ਹੈ ਮੇਰੇ ਨਾਲ। ਮੰਨਿਆ ਮੇਰੀ ਭੈਣ ਹੈ, ਪਰ ਹਰ ਵਾਰ ਮੈਂ ਹੀ ਸੈਕਰੀਫਾਈਸ ਕਰੀ ਜਾਵਾਂ। ਅੱਛਾ, ਗਾਣੇ ਕਿੱਦਾਂ ਦੇ ਬਣ ਜਾਂਦੇ ਨੇ ਨਾ ਗਹਿਣਿਆਂ ਦੇ ਉੱਪਰ, ਹੈ ਨਾ? ਚੂੜੀ ਨਹੀਂ ਇਹ ਮੇਰਾ ਦਿਲ ਹੈ, ਦੇਖੋ ਦੇਖੋ ਟੂਟੇ ਨਾ। ਵਾਕਈ ਚੂੜੀਆਂ ਅਤੇ ਗਹਿਣੇ ਅਤੇ ਦਿਲ ਇੱਕ ਬਰਾਬਰ ਕਰਤਾ ਹੈ। ਅਗਲੇ ਕਾਲਰ ਨੂੰ ਪੁੱਛ ਲਈਏ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਸ ਠੀਕ ਹੈ ਜੀ, ਤੁਸੀਂ ਸੁਣਾਓ? ਵਧੀਆ, ਕੀ ਨਾਮ ਹੈ ਤੁਹਾਡਾ? ਨਾਮ ਮੇਰਾ ਬੁੱਝੋ ਕੀ ਹੈ, ਮੈਂ ਤੁਹਾਨੂੰ ਕਰਦਾ ਨਾ ਕਾਲ। ਅੱਛਾ, ਬੁੱਝੋ ਮੁਲਤਾਨੀ ਸਰ ਤੇ ਨਹੀਂ ਬੋਲ ਰਹੇ ਕਿਤੇ? ਲੈ ਵਾਕਿਆ ਠੀਕ ਆ, ਗੁਲਾਬੋ ਨੂੰ ਨਾਂ ਨਹੀਂ ਦੱਸਣਾ ਪੈਂਦਾ, ਉਹ ਬੁੱਝ ਉਹ ਪਤਾ ਕਰ ਲੈਂਦੀ, ਹੁਣ ਤੁਸੀਂ ਪਤਾ ਕਰ ਲਿਆ, ਤੁਹਾਨੂੰ ਪਤਾ ਲੱਗ ਗਿਆ ਆਵਾਜ਼ ਦਾ। ਵੇਖ ਲਓ ਵੇਖ ਲਓ, ਤੁਹਾਡੀ ਆਵਾਜ਼ ਏਦਾਂ ਦੀ ਆ ਵੀ ਸਭ ਨੂੰ ਪਤਾ ਲੱਗ ਗਿਆ ਹੁਣ ਕਿ ਮੁਲਤਾਨੀ ਸਰ ਦਾ ਹੀ ਫੋਨ ਹੈਗਾ। ਅੱਛਾ ਅੱਛਾ ਅੱਛਾ, ਕਿੱਦਾਂ ਦੀ ਆਵਾਜ਼ ਹੈ? ਆਵਾਜ਼ ਤਾਂ ਬਹੁਤ ਟੁੱਟੀ ਭੱਜੀ ਹੈ। ਹੈ, ਆਵਾਜ਼ ਤਾਂ ਬੜੀ ਟੁੱਟੀ ਭੱਜੀ ਹੈ ਮੇਰੀ। ਨਹੀਂ ਸਰ, ਇੰਨੀ ਵਧੀਆ ਆਵਾਜ਼ ਹੈ ਤੁਹਾਡੀ, ਇੰਨਾ ਬੇਸ ਤੁਹਾਡਾ ਵਧੀਆ ਹੈਗਾ, ਇੱਦਾਂ ਕਿੱਦਾਂ ਕਹਿ ਰਹੇ ਹੋ? ਮੈਨੂੰ ਇਹ ਦੱਸੋ ਵੀ ਅੱਜ ਜਿਹੜਾ ਸਾਡਾ ਟੌਪਿਕ ਹੈਗਾ ਗਹਿਣੇ, ਹਾਂਜੀ, ਹੈ ਨਾ, ਹਾਂਜੀ, ਤੇ ਉਹਦੇ ਤੇ ਕੀ ਕਹਿਣਾ ਚਾਹੋਗੇ? ਗਹਿਣੇ ਤੇ ਅੱਛੀ ਚੀਜ਼ ਹੁੰਦੀ, ਗਹਿਣੇ ਮੈਂ ਆਪ ਬੜੇ ਬਣਾਏ ਨੇ, ਜਦੋਂ ਮੈਂ ਕਿਤੇ ਇੰਡੀਆ ਜਾਂਦਾ ਵਾ ਪੂਰੇ ਪਾਏ ਹੁੰਦੇ ਨੇ, ਟਕਾ ਕੇ ਐਨ ਘੁੰਮਦਾ ਫਿਰਦਾ ਓਏ ਬੰਦਾ ਬਾਹਰੋਂ ਆਇਆ। ਆ ਵੈਸੇ ਅੱਜ ਕੱਲ ਮੁੰਡਿਆਂ ਨੂੰ ਵੀ ਬੜਾ ਸ਼ੌਂਕ ਹੈ ਨਾ, ਹੈ ਨਾ, ਵੀ ਕੜਾ ਪਾ ਲਿਆ ਫਿਰ। ਮੈਂ ਜਨਾਨੀਆਂ ਨਾਲੋਂ ਜ਼ਿਆਦਾ ਜੋ ਸ਼ੌਂਕ ਰੱਖਣਾ ਗਹਿਣਿਆਂ ਦਾ ਹੈ, ਮਤਲਬ ਬੜਾ ਹੀ ਸੋਹਣਾ ਬਣਾਇਆ ਹੋਣਾ ਫਿਰ ਤੁਸੀਂ। ਹਾਂ, ਕੜਾ, ਛਾਪਾਂ, ਚੈਨੀ ਸਭ ਕੁਝ ਹੀ ਹੈ। ਟੈਕਸ ਵਾਲੇ ਪੈ ਨਹੀਂ ਜਾਂਦੇ ਤੁਹਾਨੂੰ? ਕਾਤੂ ਪੈਣਗੇ, ਅਸੀਂ ਕਿਹੜਾ ਉਹਨਾਂ ਟੈਕਸ ਵਾਲਿਆਂ ਦੇ ਕੋਲ ਜਾਣਾ, ਅਸੀਂ ਤੇ ਜਾਣਾ ਆਪਣੇ ਘਰ ਜਾਣਾ ਤੇ ਘੁੰਮਣਾ ਫਿਰਨਾ ਹੈ ਬਸ। ਰੋਵਣਾ ਮਤਲਬ ਰੋਵਣਾ ਤੁਸੀਂ, ਐ ਗਹਿਣੇ ਗੁਣੇ ਪਾ ਕੇ ਤੇ ਫਿਰ ਨਿਕਲ ਦਿਓ। ਹਾਂਜੀ 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 ਹਾਂਜੀ, ਸਭ ਨੂੰ ਪਤਾ ਲੱਗ ਜਾਂਦਾ ਵੀ ਮੋਟੀ ਸਾਮੀ ਆ ਰਹੀ ਹੈ। ਅੱਛਾ ਅੱਛਾ, ਹੈਨਾ, ਠੀਕ ਹੈ ਠੀਕ ਹੈ। ਹੈਲੋ, ਥੈਂਕ ਯੂ ਸਰ ਕਿ ਤੁਸੀਂ ਦੱਸਿਆ ਵੀ ਤੁਸੀਂ ਇੰਨੇ ਗਹਿਣੇ ਪਾਉਂਦੇ ਹੋ, ਹੋਰ ਕਿਸੇ ਨੂੰ ਨਾ ਦੱਸਿਓ। ਮੈਨੂੰ ਲੱਗਦਾ ਟੈਕਸ ਵਾਲੇ ਜੇ ਵੇਖਣ ਦੇ ਹੋਣਗੇ ਨਾ ਤੁਹਾਡੇ ਕੋਲ ਨਾਲ ਹੀ ਆਏ ਨਾ ਉਹਨਾਂ ਨੇ। ਮੈਂ ਅਗਲੇ ਕਾਲਰ ਨੂੰ ਪੁੱਛਣਾ ਵੀ ਉਹਨਾਂ ਨੂੰ ਕੀ ਪਸੰਦ ਆ। ਤੁਸੀਂ ਛਾਪਾ ਨਾ ਮਰਾ ਦਿਓ ਜੀ, ਨਹੀਂ ਦੇਖ ਲਓ ਡਰ ਗਏ ਨੇ। ਹੈ, ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
ਠੀਕ ਹੈ, ਮੈਂ ਨਾਰਥ ਕੈਰੋਲਾਈਨਾ ਤੋਂ ਗੁਰਚਰਨ ਕੌਰ ਬੋਲਦੀ ਹਾਂ ਜੀ। ਸਤਿ ਸ਼੍ਰੀ ਅਕਾਲ ਗੁਰਚਰਨ ਕੌਰ ਜੀ, ਕੀ ਕਹਿਣਾ ਚਾਹੋਗੇ ਗਹਿਣਿਆਂ ਦੇ ਬਾਰੇ? ਹਾਂਜੀ, ਗਹਿਣੇ ਤਾਂ ਜੀ ਵਧੀਆ, ਮੈਨੂੰ ਵੀ ਗਹਿਣੇ ਦਾ ਬਹੁਤ ਸ਼ੌਂਕ ਹੈ, ਮੇਰੇ ਕੋਲ ਗਹਿਣੇ ਹੈ ਵੀ, ਤੇ ਮੈਂ ਤੁਹਾਨੂੰ ਗਹਿਣਿਆਂ ਤੇ ਇੱਕ ਬੋਲੀ ਸੁਣਾ ਦਿੰਦੀ ਹਾਂ। ਕੀ ਬਾਤ ਆਣੇ ਜੀ। ਹਾਂਜੀ, ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ, ਇੱਕੋ ਤਵੀਤ ਉਹਦੇ ਘਰ ਦਾ ਨੀ, ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾ ਨੀ, ਜਦੋਂ ਲੜਦਾ ਤੇ ਲਾਦੇ ਲਾਦੇ ਘਰ ਦਾ ਨੀ। ਕੀ ਬਾਤ ਹੈ, ਬੋਲੀ ਤੁਸੀਂ ਭਾਈ ਵੇਖ ਲਓ, ਨੱਚ ਮੈਂ ਪਈ ਹਾਂ, ਹੈ ਨਾ। ਅੱਛਾ, ਮਤਲਬ ਕੀ ਤੁਹਾਡੇ ਘਰ ਦੇ ਕਹਿੰਦੇ ਨੇ ਵੀ ਇੱਕੋ ਹੀ ਗਹਿਣਾ ਦਿੱਤਾ ਉਹਨਾਂ ਨੇ ਤੁਹਾਨੂੰ, ਹੈ? ਹਾਂਜੀ ਹਾਂਜੀ, ਉਹ ਵੀ ਜਦੋਂ ਲੜਦੇ ਆ ਬਸ ਉਹ ਵੀ ਕਹਿੰਦੇ ਲਾ ਦੇ ਕਿਰਾ, ਫਿਰ ਅਗਲਿਆਂ ਨੇ ਲੈ ਕੇ ਦਿੱਤਾ, ਤੇ ਫਿਰ ਜਦੋਂ ਲੜਨਾ ਤੇ ਤੜੀ ਤੇ ਵਿਖਾਣੀ ਹੈ ਵੀ ਲਾ ਦੇ ਇਹੀ ਗਹਿਣਾ ਲਾ ਦੇ ਹੁਣ ਤੂੰ ਬਸ, ਜੇ ਲੜਨਾ ਹੀ ਹੈ, ਹੈ? ਹਾਂਜੀ, ਪਸੰਦ ਨੇ ਮਤਲਬ ਤੁਹਾਨੂੰ ਗਹਿਣੇ। ਅੱਛਾ, ਮੁੰਦਰੀਆਂ ਪਾਉਂਦੇ ਹੋਣੇ ਉਹ ਕਾਫੀ? ਹਾਂਜੀ, ਮੁੰਦਰੀਆਂ, ਚੈਨੀ, ਮੈਂ ਵੀ ਪਾਈ ਹੋਈ ਆ, ਰਿੰਗ ਸਭ ਕੁਝ ਪਾਇਆ। ਸਭ ਕੁਝ ਪਾ ਲੈਂਦੇ ਹੋ, ਹੈ? ਆਰਟੀਫੀਸ਼ੀਅਲ ਨੇ ਕਿ ਗੋਲਡ ਦੇ ਨੇ? ਨਹੀਂ ਨਹੀਂ ਮੇਰੇ ਆਰਟੀਫੀਸ਼ੀਅਲ, ਮੈਨੂੰ ਐਲਰਜੀ ਹੈ, ਮੇਰੇ ਗੋਲਡ ਦੇ ਹੀ ਆ ਸਭ। ਇਹ ਐਲਰਜੀ ਦਾ ਬਹਾਨਾ ਹੀ ਹੁੰਦਾ, ਮੈਂ ਤੁਹਾਨੂੰ ਦੱਸਾਂ, ਹੈ ਨਾ। ਐਲਰਜੀ ਐਲਰਜੀ ਕੋਈ ਨਹੀਂ ਹੁੰਦੀ, ਬੰਦਾ ਕਹਿੰਦਾ ਵੀ ਇਸੇ ਬਹਾਨੇ ਸੋਨਾ ਬਣ ਜੂ, ਡਾਇਮੰਡ ਬਣ ਜੂ, ਤੇ ਐਲਰਜੀ ਦਾ ਬਹਾਨਾ ਮਾਰ ਦਈਏ ਕਿ ਨਹੀਂ? ਪਤਾ ਨਹੀਂ, ਮੇਰੇ ਕੋਲ ਤਾਂ ਗੋਲਡ ਦੇ ਹੀ ਆ। ਨਹੀਂ ਹੈਗੀ ਨਾ ਇਦਾਂ ਦੀ ਗੱਲ? ਹਾਂਜੀ। ਅੱਛਾ ਠੀਕ ਹੈ ਜੀ, ਤੁਸੀਂ ਆਪਣੇ ਗਹਿਣੇ ਗਿੱਟੇ ਪਾਓ ਸੋਹਣੇ ਜਿਹੇ ਬਣ ਕੇ, ਤੇ ਫਿਰ ਆਪਾਂ ਦੁਬਾਰਾ ਗੱਲ ਕਰ ਲੈਂਦੇ ਹਾਂ। ਅੱਛਾ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਬੇਟਾ ਜੀ? ਵਧੀਆ ਜੀ, ਨਾਮ ਦੱਸੋ। ਨਾਮ ਸਰਜੀਤ ਕੌਰ। ਸਰਜੀਤ ਕੌਰ ਜੀ, ਕਿੱਥੋਂ ਬੋਲ ਰਹੇ ਹੋ? ਨਿਊਯਾਰਕ ਤੋਂ। ਨਿਊਯਾਰਕ ਤੋਂ ਬੋਲ ਰਹੇ, ਤੇ ਉੱਥੇ ਗਹਿਣੇ ਪਾਉਂਦੇ ਹੋ? ਹਾਂਜੀ, ਗਹਿਣੇ ਤੇ ਪਾਈਦੇ ਨੇ ਇੱਥੇ, ਠੀਕ ਹੈ, ਪਰ ਇੰਡੀਆ ਤੇ ਡਾਰ ਹੈ, ਤੇ ਇੱਥੇ ਨਹੀਂ ਡਾਰ ਹੈਗਾ, ਜਿੰਨੇ ਮਰਜ਼ੀ ਗਹਿਣਾ ਪਾ ਲਓ। ਇੱਥੇ ਕਿੰਨੇ ਕੁ ਆਰਟੀਫਿਸ਼ਲ ਗਹਿਣੇ ਪਾਉਂਦੇ ਲੋਕੀ ਸਾਰੇ? ਆਰਟੀਫਿਸ਼ਲ ਹਾਂ ਜ਼ਿਆਦਾ ਪਾਉਂਦੇ ਨੇ, ਲੋਕੀ ਕਾਲੇ ਪਰਸ ਖੋ ਲੈਂਦੇ ਨੇ, ਕਾਲੇ ਲਾ ਲੈਂਦੇ ਨੇ ਇੱਥੇ। ਕਾਲੇ ਨਾਲੇ ਕਹਿੰਦੇ ਬਾਹਰ ਗੋਰੇ ਨੇ, ਤੁਸੀਂ ਕਹਿੰਦੇ ਕਾਲੇ? ਨਹੀਂ, ਕਾਲੇ ਵੀ ਹੈਗੇ ਨੇ, ਵੈਲੀ ਕਾਲੇ ਗੋਰੇ ਸਾਰੇ ਮਿਕਸ ਨੇ। ਹਾਂ ਨਹੀਂ, ਗੋਰੇ, ਹਾਂ ਗੋਰੇ ਨਹੀਂ ਕੁਛ ਕਹਿੰਦੇ, ਕਾਲੇ ਕਹਿੰਦੇ ਨੇ, ਕਾਲੇ ਕਹਿੰਦੇ ਨੇ, ਅਮਲੀ ਜਿਹੜੇ ਹੁੰਦੇ ਨੇ। ਬਚ ਕੇ ਰਹਿਣਾ ਤੁਸੀਂ ਉਹਨਾਂ ਕੋਲੋਂ, ਹਨਾ? ਹਾਂ ਨਹੀਂ, ਅਸੀਂ ਤੇ ਟਾਈਮ ਨਾਲ ਘਰ ਆ ਜਾਈਦਾ, ਟਾਈਮ ਨਾਲ ਜਾਈਦਾ, ਗੁਰਦੁਆਰੇ ਇਕੱਲੇ ਜਾਈਦਾ, ਹੋਰ ਨਹੀਂ ਕਿਧਰੇ ਜਾਈਦਾ। ਤੇ ਗੁਰਦੁਆਰੇ ਵੀ ਗਹਿਣੇ ਪਾ ਕੇ ਚੱਲ ਜਾਂਦੇ ਹੋ ਸਾਰੇ? ਨਹੀਂ, ਗੁਰਦੁਆਰੇ ਗੱਡੀਆਂ ਤੇ ਜਾਈਦਾ ਆ, ਤੁਰ ਕੇ ਨਹੀਂ ਜਾਈਦਾ। ਕੀ ਬਾਤਾਂ ਨੇ, ਤੇ ਮਤਲਬ ਐ ਤਿਆਰ ਸ਼ਿਆਰ ਹੋ ਕੇ, ਚੂੜੀਆਂ, ਮੇਕਅਪ, ਹੈ ਸਭ? ਹਾਂਜੀ, ਗੱਡੀਆਂ ਬਾਬੇ ਦੇ ਘਰ ਜਾਈਦਾ, ਜ਼ਿਆਦਾ ਤਿਆਰ ਹੋ ਕੇ ਨਹੀਂ ਜਾਈਦਾ, ਸਾਦੇ ਬਣ ਕੇ ਜ਼ਿਆਦਾ ਚਾਹੀਦਾ, ਸਾਦੇ ਬਣ ਕੇ ਚਾਹੀਦਾ ਹੈ। ਤੇ ਹਾਲੇ ਤੁਸੀਂ ਕਹਿ ਰਹੇ ਹੋ ਬਾਬੇ ਦੇ ਘਰ, ਹੋਰ ਹੈ ਬਾਬੇ ਦੇ ਘਰ ਨੀਵੇਂ ਹੋ ਕੇ, ਜੇ ਕੋਈ ਵਿਆਹ ਸ਼ਾਦੀ ਹੋਵੇ ਤਾਂ ਫਿਰ ਪਾ ਲਈਦਾ, ਫਿਰ ਪਾਈਦਾ, ਫਿਰ ਪੂਰੀ ਟੌਰ ਵਿਖਾਈ ਦੀ ਹੈ ਨਾ? ਹਾਂਜੀ, ਪੂਰੀ ਪੂਰੀ। ਤੇ ਕਦੀ ਏਦਾਂ ਹੋਇਆ ਵੀ ਅਮਰੀਕਾ ਆਏ ਆ? ਹੈ, ਅਮਰੀਕਾ ਆਏ ਆ, ਅਮਰੀਕਾ ਆਏ ਆ ਜੀ, ਤਿਆਰ ਸ਼ਿਆਰ ਹੋ ਕੇ, ਗੋਰਿਆਂ ਨੂੰ ਵਿਖਾਣਾ ਨੀ ਵੀ ਇੰਡੀਆ 'ਚ ਕਿੰਨਾ ਪੈਸਾ ਹੈ? ਨਹੀਂ ਨਹੀਂ, ਗੋਰਿਆਂ ਨੇ ਦੱਸੀ ਤਾਂ, ਆਪਣੀ ਗੱਡੀ ਚਾਹੀਦਾ, ਗੱਡੀ ਚਾਹ ਨਾਲ ਸ਼ਹਿਰ ਵਿੱਚ ਬਹਿਨੇ, ਲੋਕਾਂ ਨੂੰ ਕੀ ਪਤਾ? ਆ ਇਹ ਵੀ ਗੱਲ ਠੀਕ ਆ, ਉਹਨਾਂ ਨੂੰ ਕੀ ਪਤਾ, ਹਨਾ? ਉਹ ਨਹੀਂ ਪਾਉਂਦੇ ਪੁੰਦੇ ਗਹਿਣਾ ਗੁਣਾ, ਉਹ ਨਹੀਂ ਪਾਉਂਦੇ ਜੀ। ਕਿੱਥੋਂ ਬੋਲਦੀ ਵੀ ਬੇਟੇ? ਚੰਡੀਗੜ੍ਹ ਤੋਂ? ਹਾਂਜੀ ਆਂਟੀ ਜੀ। ਤੇ ਬੇਟੇ ਉਹ ਗਲਾਬੋ ਕਿੱਥੇ ਗਈ ਹੈ ਪਿੰਕੀ? ਉਹ ਮੇਰੇ ਗਹਿਣੇ ਲੈ ਕੇ ਭੱਜ ਗਈ ਹੈ, ਹੋਰ ਕੀ, ਆ ਵੇਖ ਲਓ ਮੇਰੇ ਚੂੜੀਆਂ ਮੈਚਿੰਗ ਹੈ। ਤੂੰ ਉਹਨੂੰ ਗਹਿਣੇ ਕਿਉਂ ਦੇਤੇ? ਉਹ ਮੈਚਿੰਗ ਸੂਟ ਪਾਇਆ ਸੀਗਾ ਉਹਨੇ ਮੇਰੇ ਨਾਲ ਦਾ, ਤੇ ਕਹਿੰਦੀ ਮੈਨੂੰ ਚੂੜੀਆਂ ਵਿਖਾ ਦੇ, ਮੈਨੂੰ ਕੀ ਪਤਾ ਸੀਗਾ ਵੀ ਉਹਨੇ ਚੱਲ ਜਾਣਾ ਆ, ਤੇ ਹੁਣ ਚੱਲ ਗਈ ਆ, ਤੇ ਮੈਨੂੰ ਮੇਰੇ ਗਹਿਣੇ ਲੈ ਕੇ ਚੱਲ ਗਈ ਆ, ਮੇਰੀ ਮੈਚਿੰਗ ਚੂੜੀਆਂ ਵੇਖੋ। ਹਾਂ, ਤੂੰ ਆਈ ਕਦੀ? ਹੁਣ ਕਿੰਨਾ ਟਾਈਮ ਹੋ ਗਿਆ, ਕੀ ਗੱਲ ਏ? ਬੁਲਾ ਲੈਨੇ ਆ ਉਹਨੂੰ, ਤੁਹਾਨੂੰ ਉਹਦੀ ਪਈ, ਮੈਨੂੰ ਆਪਣੇ ਗਹਿਣਿਆਂ ਦੀ ਪਈ ਹੈ। ਮੈਂ ਅਗਲੇ, ਚਲੋ ਵੀ ਗਹਿਣੇ ਲੈ ਕੇ ਆ ਜਾਏਗੀ ਫਿਰ ਤੇਰੀ ਸਹੇਲੀ ਫਰੈਂਡ ਹੋਣੀ। ਹਾਂ, ਉਹਨੂੰ ਕਹਿੰਨੇ ਆ ਵੀ ਛੇਤੀ ਆ ਜਾ, ਤੇ ਮੈਂ ਅਗਲੇ ਕਾਲਰ ਨਾਲ ਗੱਲ ਕਰ ਲਾਂ। ਅੱਛਾ, ਕਰ ਲਓ, ਠੀਕ ਹੈ ਜੀ, ਓਕੇ ਓਕੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਹਰਦਿਆਲ ਸਿੰਘ ਬੋਲਦਾ ਜੀ। ਕਿੱਥੋਂ ਬੋਲ ਰਹੇ ਜੀ? ਜਰਸੀ ਤੋਂ ਜੀ। ਓਕੇ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੇ ਗਹਿਣੇ ਗੱਟਿਆਂ ਬਾਰੇ ਕੁਝ ਕਹਿਣਾ ਚਾਹੋਗੇ? ਵਾ, ਗਹਿਣੇ ਗੱਟਿਆਂ ਨੂੰ ਇਹ ਕਹਿਣਾ ਵੀ ਇੱਥੋਂ ਗਹਿਣੇ ਪਾ ਕੇ ਜਾਈਏ, ਉੱਥੇ ਜਾਂਦੇ ਲਵਾ ਲੈਂਦੇ ਅਗਲੇ। ਕਿੱਥੇ ਜਾ ਕੇ ਲਵਾ ਲੈਂਦੇ ਨੇ? ਇੰਡੀਆ ਉੱਤਰਦੇ ਲਵਾ ਲੈਂਦੇ, ਕੋਈ ਉੱਤਰੇ ਜਾਂਦੇ ਨੇ। ਫਿਰ ਅੱਛਾ, ਤੇ ਫਿਰ ਮਤਲਬ ਨਹੀਂ ਪਾਉਂਦੇ ਤੁਸੀਂ ਡਰ ਦੇ ਮਾਰੇ? ਹੈ, ਨਹੀਂ ਨਹੀਂ, ਪਾ ਕੇ ਤੇ ਜਾਈਏ, ਲਵਾ ਲੈਂਦੇ ਆ ਉੱਥੇ, ਉਹਨਾਂ ਦੇ ਹੋ ਜਾਂਦੇ ਨੇ, ਉਹਨਾਂ ਦੇ ਹੋ ਜਾਂਦੇ ਆ ਉੱਤਰਦੇ, ਕਹਿੰਦੇ ਲਾ ਦੋ ਭਾਈ ਗਹਿਣੇ ਸਾਡੇ ਆ। ਤੇ ਤੁਸੀਂ ਚੋਰੀ ਚੋਰੀ ਲੈ ਕੇ ਜਾਇਆ ਕਰੋ ਲੁਕਾ ਕੇ, ਜਾਂ ਮੈਨੂੰ ਦੇ ਦਿਓ ਆਪਣੇ ਗਹਿਣੇ, ਮੈਂ ਸੰਭਾਲ ਕੇ ਰੱਖ ਲੂੰਗੀ। ਪਰ ਲੈ ਲਿਓ ਜਿੱਦਣ ਮਰਜ਼ੀ, ਜਰਸੀ ਤੇ ਪੱਕੀ ਗੱਲ ਹੈ?
ਫਿਰ ਮੈਨੂੰ ਇੱਦਾਂ ਕਰੋ, ਤੁਸੀਂ ਮੈਨੂੰ ਆਪਣੇ ਗਹਿਣੇ ਦੇ ਦਿਓ, ਮੈਂ ਹਿਫਾਜ਼ਤ ਨਾਲ ਰੱਖ ਲੈਣੀ ਆ, ਐਵੇਂ ਤੁਸੀਂ ਉੱਥੇ ਛੱਡ ਆਉਂਗੇ ਹਨਾ? ਹਾਂ ਮੈਨੂੰ ਮੈਨੂੰ ਵਧੀਆ ਲੱਗੀ, ਮੈਂ ਪਾ ਲੂੰਗੀ। ਗਲਤ ਗੱਲ ਹੈ ਨਾ ਵੈਸੇ, ਹੁਣ ਗਹਿਣੇ ਪਾਣੇ ਨਹੀਂ, ਸੋਹਣੇ ਲੱਗਣਾ ਨਹੀਂ ਤੇ ਫਿਰ ਕੀ ਫਾਇਦਾ ਹਨਾ? ਸੋਹਣੇ ਤਾਂ ਤਾਂ ਲੱਗੇ, ਸੋਹਣੇ ਲੱਗਦੇ ਨੇ ਉਹਨਾਂ ਨੂੰ, ਚੰਗੇ ਨਹੀਂ ਲੱਗਦੇ। ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਏਦਾਂ ਕਰਦੇ ਹਾਂ, ਤੁਸੀਂ ਮੈਨੂੰ ਆਪਣੇ ਗਹਿਣੇ ਸਾਰੇ ਪੈਕ ਕਰਕੇ ਰੱਖੋ, ਮੈਂ ਤੁਹਾਡੇ ਕੋਲ ਹੁਣੀ ਲੈਣ ਆਉਂਦੀ ਹਾਂ, ਉਨੀ ਦੇਰ ਤੱਕ ਆਪਾਂ ਇੱਥੇ ਬ੍ਰੇਕ ਲੈ ਲੈਂਦੇ ਹਾਂ, ਠੀਕ ਹੈ? ਓਕੇ ਠੀਕ ਹੈ ਜੀ, ਲੈਣੇ ਇੱਕ ਨਿੱਕਾ ਜਿਹਾ ਬ੍ਰੇਕ। ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ, ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ। ਕੰਗਣਾ ਇਸ਼ਾਰੇ ਵੀ ਕਰਦਾ ਆ, ਹੁਣੀ ਹੁਣੀ ਪਤਾ ਲੱਗਾ ਆ ਮੈਨੂੰ। ਅੱਛਾ ਵੈਸੇ ਤਾਂ ਵੇਖ ਲਓ ਜੀ, ਔਰਤ ਦਾ ਗਹਿਣਾ ਹੁੰਦਾ ਅਸਲੀ ਜਿਹੜਾ, ਉਹ ਹੁੰਦਾ ਸ਼ਰਮ ਹਯਾ। ਅੱਜ ਜਿੱਦਾਂ ਹੈ ਨਾ, ਮੈਂ ਇੱਦਾਂ ਐਕਟਿੰਗ ਓਵਰ ਐਕਟਿੰਗ ਜੀ ਕਰਦੀ ਹਾਂ ਮੈਂ, ਹੈ ਨਾ? ਅਤੇ ਪਰ ਅੱਜ ਕੱਲ੍ਹ ਲੋਕ ਨਾ ਆਰਟੀਫਿਸ਼ਲ ਗਹਿਣਿਆਂ ਵੱਲ ਬਹੁਤ ਤੁਰਦੇ ਨੇ, ਜਨਾਨੀਆਂ ਨੂੰ ਬੜੀ ਆਦਤ ਹੁੰਦੀ ਹੈ ਨਾ ਆਰਟੀਫਿਸ਼ਲ ਗਹਿਣੇ। ਅੱਜ ਕੱਲ੍ਹ ਜਿਹੜਾ ਅਮੈਰੀਕਨ ਗੋਲਡ ਆ ਗਿਆ, ਨਾਲੇ ਡਾਇਮੰਡ ਆ ਗਿਆ। ਕਾਲਰ ਨੂੰ ਪੁੱਛ ਲੈਂਦੇ ਹਾਂ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋ? ਨਾਨੀ ਜੀ, ਸਤਿ ਸ਼੍ਰੀ ਅਕਾਲ। ਅੱਜ ਮੈਂ ਰੋਜੀ ਆ ਜੀ। ਓ ਕਦੀ ਨਾਨੀ ਕਦੀ ਰੋਜੀ ਕਦੀ, ਕੀ ਕਰੀਏ ਫਿਰ, ਹੈ ਨਹੀਂ ਕੀ ਕਰਨਾ ਚਾਹੀਦਾ, ਮੈਂ ਸੋਹਣੀ ਲੱਗ, ਕਦੀ ਬੰਤੋ ਕਦੀ ਕਦੀ ਸੰਤੋ ਕਦੀ ਬੰਤੋ ਕਦੀ ਨਮਕੀਨ ਕੌਰ, ਹੈ ਨਾ? ਕਦੀ ਨਮਕੀਨ ਕੌਰ, ਕਦੀ ਸਵੀਟ ਕੌਰ, ਨਹੀਂ ਅੱਜ ਸਵੀਟ ਕੌਰ ਬਣ ਜਾਣਾ, ਅੱਜ ਸਵੀਟ ਕੌਰ। ਓ ਸਵੀਟ ਕੌਰ ਬਣ ਜਾਗੇ ਜੀ, ਕਿਹੜੀ ਗੱਲ ਹੈ, ਹੈ ਨਾ? ਇੰਡੀਆ ਵਿਚ ਫੈਸ਼ਨ ਟੋਪ ਤੇ ਜਾ ਰਿਹਾ, ਖਾਸ ਤੌਰ ਤੇ ਆਰਟੀਫਿਸ਼ਲ ਗੋਲਡ ਗੋਇੰਗ, ਭਾਈ ਸਬਜ਼ੀ ਕਿਵੇਂ ਦਿੱਤੀ, ਆਪਣਾ ਨੇਲ ਪਿੰਡ ਵਿਖਾਣ ਲਈ, ਹੈ ਨਾ? ਤਿਆਰ ਹੋ, ਮੈਂ ਤੁਹਾਨੂੰ ਵੇਖਣ ਆਨੀ ਆ, ਏਦਾਂ ਕਰ ਲੈਣਾ, ਕੋਈ ਦੇਖਦਾ ਨੀ ਕਿਸੇ ਨੂੰ ਇੱਥੇ, ਬਿਲਕੁਲ ਸਿੰਪਲ ਰਹੋ, ਬਿਲਕੁਲ ਏਦਾਂ ਸਾਨੂੰ ਨਾ ਅਗਲੇ ਕਾਲਰ ਵੀ ਦੱਸਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਕੀ ਪਸੰਦ ਹੈ। ਤੁਸੀਂ ਏਦਾਂ ਕਰੋ, ਤੁਸੀਂ ਤਿਆਰ ਹੋਵੋ, ਤੁਸੀਂ ਕਹਿ ਰਹੇ ਨਾ ਕੋਈ ਵੇਖਦਾ ਨੀ ਹੈਗਾ, ਮੈਂ ਤੁਹਾਨੂੰ ਵੇਖਣ ਆਨੀ ਆ, ਠੀਕ ਹੈ? ਓਕੇ ਓਕੇ, ਫਿਰ ਤੇ ਵੈਲਕਮ ਆ, ਹਾਂਜੀ ਓਕੇ ਜੀ, ਓਕੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਵਧੀਆ ਜੀ ਵਧੀਆ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਭਜਨ ਸਿੰਘ, ਮੈਂ ਸ਼ਿਕਾਗੋ ਤੋਂ ਬੋਲ ਰਿਹਾ। ਅੱਜ ਤੁਸੀਂ ਬਸੰਤੀ ਰੰਗ ਪਾ ਕੇ ਆਏ ਹੋ, ਅੱਜ ਬਸੰਤ ਦਾ ਹੈ ਨਹੀਂ ਹੈ। ਮੈਂ ਮਿੱਠੇ ਚੌਲ ਤੇ ਨਹੀਂ ਲੱਗ ਰਹੀ ਕਿਤੇ, ਮੈਨੂੰ ਵੀ ਇਹੀ ਲੱਗਦਾ ਸੀ, ਇਹ ਮਿੱਠੇ ਚੌਲ ਨਹੀਂ ਲੱਗਦੇ ਪਏ, ਬਦਾਮ ਗਿਰੀਆਂ ਪਾ ਕੇ ਵਿੱਚ। ਮਤਲਬ ਮੁਕਦੀ ਗੱਲ ਦੱਸੋ, ਸੋਹਣੀ ਲੱਗ ਰਹੀ ਆ ਨਾ? ਬਹੁਤ ਸੋਹਣੀ ਜੀ, ਬਹੁਤ ਸੋਹਣੀ, ਐਵੇਂ ਹੀਰਾ ਹੀਰਾ ਹੀਰੇ ਵਾਂਗ ਲੱਗ ਰਹੀ ਆ। ਅੱਜ ਇਹੀ ਤਾਂ ਸਾਡਾ ਟੌਪਿਕ ਹੈਗਾ, ਹੀਰੇ ਗਹਿਣੇ, ਹਨਾ, ਸੋਨਾ ਚਾਂਦੀ। ਹਾਂ ਜੀ, ਅੱਜ ਟੌਪਿਕ ਵੀ ਤੁਸੀਂ ਇਹੀ ਰੱਖਿਆ, ਹੀਰਿਆਂ ਵਾਲਾ, ਤੁਸੀਂ ਆਪ ਹੀ ਹੀਰੇ ਹੋ ਤੇ ਗਹਿਣਿਆਂ ਦਾ ਕੀ ਚੱਕਰ ਰਹਿ ਗਿਆ? ਇਹ ਤਾਂ ਮੈਨੂੰ ਤੁਸੀਂ ਖੁਸ਼ ਕਰਨ ਲਈ ਕਹਿਤਾ, ਹਨਾ? ਨਹੀਂ, ਖੁਸ਼ ਵੀ ਕਰਦੇ ਨਾ, ਤੁਸੀਂ ਸਾਨੂੰ ਖੁਸ਼ ਕਰਦੇ ਹੋ, ਅਸੀਂ ਤੁਹਾਨੂੰ ਖੁਸ਼ ਕਰਨਾ, ਇਹ ਤਾਂ ਹੈ ਜੀ, ਹਨਾ? ਹਾਂ ਜੀ, ਤੇ ਤੁਸੀਂ ਤਾਂ ਹੁਣ ਤੁਸੀਂ, ਮੈਂ ਤੁਹਾਨੂੰ ਕੀ ਪੁੱਛਾਂ ਵੀ ਤੁਸੀਂ ਗਹਿਣੇ ਪਾਉਂਦੇ ਹੋ, ਇਹ ਪੁੱਛਣਾ ਤੁਹਾਨੂੰ? ਹਾਂ ਜੀ, ਪੁੱਛੋ ਜੀ, ਪੁੱਛੋ ਜੀ। ਮੈਂ ਤੇ ਗਹਿਣੇ ਦੇ ਬਾਰੇ ਕਹਿੰਦਾ ਜੀ, ਅਸੀਂ ਤਾਂ ਇੱਕ ਮੁੰਦੀ ਮੰਦੀ ਪਾ ਲਈ ਆ, ਚੇਨੀ ਪਾ ਲੈਨੇ ਆ, ਬਾਕੀ ਜਿਹੜੇ ਗਹਿਣੇ ਨੇ ਨਾ, ਹਾਂਜੀ, ਇਹ ਤੇ ਮਤਲਬ ਕਿ ਸ਼ਿੰਗਾਰ ਹੈ ਇੱਕ ਬੀਬੀਆਂ ਦਾ, ਇਹ ਸ਼ਿੰਗਾਰ ਹੈ, ਇਸ ਤੋਂ ਬਿਨਾਂ ਤੇ ਜਚਦਾ ਹੀ ਨਹੀਂ ਬੰਦਾ ਜੀ, ਭਾਵੇਂ ਆਰਟੀਫਿਸ਼ਲ ਪਾਵੇ ਤੇ ਭਾਵੇਂ ਓਰੀਜਨਲ ਪਾਵੇ। ਤੁਸੀਂ ਮੈਰਿਡ ਹੋ?
ਮੈਂ ਮੈਰਿਡ ਹੀ ਹਾਂ ਜੀ। ਫਿਰ ਤਾਂ ਗਹਿਣਿਆਂ ਕਰਕੇ ਬਾਲੀ ਲੜਾਈ ਹੁੰਦੀ ਹੋਣੀ ਹੈ ਵੀ ਅੱਜ ਮੈਨੂੰ ਆਈਓ ਸੈੱਟ ਚਾਹੀਦਾ ਤੇ ਬਸ ਚਾਹੀਦਾ। ਬਿਲਕੁਲ ਜੀ ਬਿਲਕੁਲ, ਆਈਓ ਸੈੱਟ ਪਾਣਾ ਹੈ ਬਸ, ਮੈਨੂੰ ਨਹੀਂ ਪਤਾ, ਜਿੱਦਾਂ ਮਰਜ਼ੀ ਕਰੋ ਲੈ ਕੇ ਦਿਓ ਮੈਨੂੰ, ਹਨਾ ਤੇ ਰਹਿੰਦੇ ਸ਼ਾਮ ਨੂੰ ਰੋਟੀ ਨਹੀਂ ਪਕਾ ਕੇ ਦੇਣੀ ਤੁਹਾਨੂੰ। ਓ ਨੇ ਕਿ ਉਹਨਾਂ ਨਾਲ ਮੇਰੀ ਗੱਲ ਕਰਾਈਓ ਤੁਸੀਂ ਹੁਣੀ, ਆਪਾਂ ਅਗਲੇ ਕਾਲ ਲੈਣੇ ਹੁਣ ਤੱਕ ਤੁਸੀਂ ਮੇਰੀ ਉਹਨਾਂ ਨਾਲ ਗੱਲ ਕਰਾਈਓ ਵੀ ਇੱਦਾਂ ਕਿਉਂ ਕਰਦੇ ਨੇ, ਰੋਟੀ ਪਾਣੀ ਤਾਂ ਦੇ ਦੇਣਾ ਚਾਹੀਦਾ ਬੰਦੇ ਨੂੰ ਟਾਈਮ ਸਿਰ। ਆ ਤੁਸੀਂ ਇਹਦੇ ਉੱਪਰ ਇੱਕ ਸੁਣ ਲਓ ਨਾ ਜੀ, ਕਿ ਗਹਿਣੇ ਦੇ ਉੱਪਰ ਕਹਿੰਦੇ ਨੇ ਕਿ ਇੱਕ ਨਾਰ ਤੇ ਪਤੀ ਨੂੰ ਆਖਦੀ ਸੀ ਚਲੋ ਲੈ ਦਿਓ ਚੱਲ ਬਾਜ਼ਾਰ ਮੁੰਦਰੀ। ਕੱਲ ਰਾਣਾ ਵੀ ਸ਼ਾਮਾਂ ਨੂੰ ਕਹਿ ਰਹੇ ਸੀ ਸੋਹਣੇ ਹੱਥ ਦਾ ਸੋਹਣਾ ਸ਼ਿੰਗਾਰ ਮੁੰਦਰੀ, ਇਹ ਮੁੰਦਰੀ ਨੀ ਪਿਆਰ ਨਿਸ਼ਾਨੀਆਂ ਨੇ ਮੈਨੂੰ ਦੇ ਗਿਆ ਮੇਰਾ ਯਾਰ ਮੁੰਦਰੀ ਜਾਂ ਮੇਰਾ ਸਰਦਾਰ ਮੁੰਦਰੀ। ਵਾਹ 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 ਵਾਹ, ਕਿਆ ਬਾਤਾਂ ਨੇ ਜੀ, ਹੈ ਤੁਸੀਂ ਬਿਲਕੁਲ ਟੌਪਿਕ ਦੇ ਨਾਲ ਮੈਚ ਹੁੰਦਾ ਸ਼ੇਰੋ ਸ਼ਾਇਰੀ ਕਰਤੀ ਆ ਜੀ, ਬਹੁਤ ਵਧੀਆ ਲੱਗਾ ਤੇ ਹੁਣੀ ਫੇਰ ਤੋਂ ਤੁਹਾਡੇ ਨਾਲ ਗੱਲ ਕਰਾਂ। ਹਾਂਜੀ ਹਾਂਜੀ, ਫਿਰ ਮਾੜਾ ਮੋਟਾ ਕਰਨਾ ਪੈਂਦਾ ਨਾ, ਫਿਰ ਤਾਂ ਹੀ ਗੱਲ ਬਣਦੀ ਹੈ। ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਲੱਗਾ, ਅਗਲੇ ਕਾਲਰ ਲਾਈਨ ਤੇ ਨੇ ਉਹਨਾਂ ਨੂੰ ਇੱਕ ਵਾਰੀ ਗੱਲ ਕਰ ਲਈ ਉਹਨਾਂ ਨਾਲ। ਬਿਲਕੁਲ ਕਰੋ ਜੀ, ਮੈਂ ਤੁਸੀਂ ਮੈਨੂੰ ਫੇਰ ਬਾਅਦ ਚ ਗੱਲ ਕਰ ਲੈਣਾ। ਹਾਂ ਬਿਲਕੁਲ ਜੀ, ਥੈਂਕ ਯੂ ਸੋ ਮਚ, ਡਿਸਕਸ ਕਰਾਂਗੇ ਫਿਰ ਜੀ। ਹੈਲੋ ਹੈਲੋ ਹੈਲੋ, ਟੀਵੀ ਦੀ ਆਵਾਜ਼ ਕੱਟ ਕਰ ਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ, ਆਪਣਾ ਸੁਣਾਓ, ਤੁਹਾਡਾ ਕੀ ਹਾਲ ਚਾਲ? ਗੁਲਾਬੋ? ਗੁਲਾਬੋ ਨਹੀਂ, ਮੈਂ ਉਹਦੀ ਭੈਣ ਆ, ਉਹ ਮੇਰੇ ਵਰਗੀ ਲੱਗਦੀ ਆ, ਪਰ ਮੈਂ ਤਾਂ ਰੋਜੀ ਆ। ਅੱਛਾ ਰੋਜੀ, ਉਹ ਠੀਕ, ਮੈਂ ਬਾਹਰ ਘੁੰਮ ਕੇ ਆਈ ਆ ਨਾ, ਮੈਨੂੰ ਪਤਾ ਨੀ ਲੱਗਾ, ਮੈਂ ਸੁਣਿਆ ਨੀ ਕੰਮ ਤੁਹਾਡਾ ਨਾ ਪ੍ਰੋਗਰਾਮ। ਕੋਈ ਚੱਕਰ ਨੀ ਜੀ, ਕੋਈ ਚੱਕਰ ਨੀ, ਅੱਜ ਆਪਾਂ ਤੁਹਾਡੇ ਮਤਲਬ ਦਾ ਟੌਪਿਕ ਚੱਕਿਆ, ਤੁਹਾਨੂੰ ਪਤਾ ਹੈ। ਬਹੁਤ ਸੋਹਣੇ ਲੱਗ ਰਹੇ ਤੁਸੀਂ, ਮੈਂ ਤਾਂ ਰੋਜ਼ ਵੇਖਣੀ, ਅੱਜ ਫੋਨ ਲੱਗਿਆ ਮੇਰੇ। ਬਹੁਤ ਸੋਹਣੀ ਲੱਗ ਰਹੀ ਨਾ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਤੋਂ ਵੀ ਤੁਸੀਂ ਵੀ ਬਹੁਤ ਸੋਹਣੇ ਹੋ। ਅੱਛਾ, ਮੈਨੂੰ ਬੜੇ ਸੋਹਣੇ ਪਿਆਰੇ ਲੱਗਦੇ, ਸੂਟ ਬਹੁਤ ਵਧੀਆ ਪਾਇਆ, ਟੌਪ ਬਹੁਤ ਵਧੀਆ ਪਾਏ ਨੇ। ਮੈਂ ਤਾਂ ਹੀ ਤਾਂ ਪਾਏ ਵੀ ਸਾਰੇ ਤਾਰੀਫ ਕਰਨ, ਹਨਾ। ਬਹੁਤ ਸੋਹਣਾ ਲੱਗ ਰਿਹਾ, ਬਹੁਤ ਸੋਹਣਾ। ਅੱਛਾ, ਵੈਸੇ ਸ਼ੌਂਕ ਹੁੰਦਾ ਨਾ ਵੀ ਜੇ ਗਹਿਣੇ ਪਾਏ ਹੋਣ ਤੇ ਸਾਰੇ ਤਾਰੀਫ ਕਰਨ ਵੀ, ਹਨਾ, ਜੇ ਕੋਈ ਨੋਟਿਸ ਨਾ ਕਰੇ ਤਾਂ ਮਜ਼ਾ ਜਿਹਾ ਨਹੀਂ ਆਉਂਦਾ। ਹਨਾ, ਤੁਹਾਡੇ ਨਾਲ ਵੀ ਇੱਥੇ ਕੋਈ ਨੀ ਦੇਖਦਾ ਕਿ ਚੱਲ ਇੰਡੀਆ ਜਾਓ ਤੇ ਪਤਾ ਲੱਗਦਾ ਅਮਰੀਕਾ ਤੋਂ ਆਏ ਨੇ ਜੀ, ਚਲੋ ਵੇਖਣ ਚੱਲੀਏ, ਮਿਲਣ ਚੱਲੀ ਸਾਨੂੰ, ਹਨਾ, ਇੱਥੇ ਨੀ ਕੋਈ ਵੇਖਦਾ। ਬਿਲਕੁਲ, ਤੁਹਾਨੂੰ ਪਤਾ ਹੁੰਦਾ ਕਿ ਉਹ ਕਹਿੰਦੇ ਨੇ ਵੀ ਬਾਹਰੋਂ ਆਏ ਨੇ ਉਹਨਾਂ ਨੂੰ ਮਿਲਣ ਚੱਲੇ, ਤੇ ਤੁਸੀਂ ਜਾਣ ਜਾਣ ਕੇ ਵੱਡੇ ਵੱਡੇ ਇਅਰਿੰਗ, ਹਨਾ, ਫਿਰ ਉਹ ਸੋਹਣਾ ਜਿਹਾ ਤਿਆਰ ਹੋ ਕੇ ਬਹਿੰਦੇ ਹੋਣੇ, ਉਹ ਮਾਲਾ ਜੀ ਪਾ ਲੈਂਦੇ ਗਲੇ 'ਚ ਨੈਕਲੇਸ, ਫਿਰ ਹਨਾ ਇੱਦਾਂ ਕਰਦੇ ਹੋ। ਯੈਸ ਯੈਸ, ਹਾਂ ਹਾਂ ਹਨਾ, ਜਾਣ ਕੇ ਉਹਨਾਂ ਨੂੰ ਖਾ ਲਈ ਵੀ ਵੇਖੋ ਸਾਡੇ ਕੋਲ, ਸਾਡੇ ਕੋਲ ਇਹ ਵੀ ਹੈਗਾ, ਸਾਡੇ ਕੋਲ ਕੰਗਣਾ ਵੀ ਹੈਗੇ, ਚੂੜੀਆਂ ਵੀ ਹੈਗੇ, ਇੱਦਾਂ। ਹਾਂ ਹਾਂ, ਇੱਕ ਦਿਨ ਪਾ ਕੇ ਰੱਖੋ, ਦੂਜੇ ਦਿਨ ਆਪੇ ਗਾ, ਉਹਨੇ ਬੜਾ ਟੌਰ ਕੱਢਿਆ, ਫੈਸ਼ਨ ਕੀਤਾ, ਦੇਖ ਤੇ ਜਨਾਨੀਆਂ ਨੂੰ ਜੈਲਸੀ ਵੀ ਬੜੀ ਹੁੰਦੀ ਹੈ, ਫਟਾਫਟ ਇੰਡੀਆ ਆਓ, ਆਪ ਤੁਹਾਡੇ ਗਹਿਣੇ ਵੇਖਣੇ ਨੇ, ਉਨੀ ਦੇਰ ਤੱਕ ਅਗਲੇ ਕਾਲਰ ਨੂੰ ਪੁੱਛ ਲਈਏ। ਠੀਕ ਹੈ, ਬਹੁਤ ਲੱਗਦੀ, ਕਦੀ ਤੁਸੀਂ ਬਾਬਾ ਬਣੇ, ਬੇਬੇ ਬਣੇ, ਬਹੁਤ ਸੋਹਣੇ ਲੱਗਦੇ ਆ, ਬੜੇ ਪਿਆਰੇ ਲੱਗਦੇ ਜੀ। ਥੈਂਕ ਯੂ ਸੋ ਮਚ ਜੀ, ਓਕੇ ਜੀ, ਬਾਏ। ਹੈਲੋ ਹੈਲੋ, ਆਵਾਜ਼ ਟੀਵੀ ਦੀ ਕੱਟ ਕਰਕੇ ਮੇਰੇ ਨਾਲ ਗੱਲਬਾਤ ਕਰੋ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਤੁਹਾਡਾ ਸੰਪਰਕ ਸਾਡੇ ਨਾਲ ਹੋ ਪਾ ਰਿਹਾ ਜੀ? ਨੋ, ਕੀ ਹੋ ਗਿਆ ਟੀਵੀ ਦੀ ਆਵਾਜ਼ ਕੱਟ ਕਰਨ ਨੂੰ, ਕਿਆ ਤੁਸੀਂ ਗੁੱਸਾ ਹੀ ਕਰ ਲਿਆ? ਚਲੋ ਕੋਈ ਨਾ ਜੀ, ਹੁਣ ਇਹ ਵੇਖ ਲਓ, ਇਹ ਕਾਲਰ ਕੱਟੇ ਗਏ ਨੇ, ਮਾੜੀ ਜਿਹੀ ਟੀਵੀ ਦੀ ਆਵਾਜ਼ ਘੱਟ ਕਰ ਲਿਆ ਕਰੋ, ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਅੱਛਾ, ਮੈਂ ਇਹਨਾਂ ਨੂੰ ਹੁਣੀ ਪੁੱਛਿਆ, ਮੈਂ ਦੇਖਿਆ ਵੀ ਜਨਾਨੀਆਂ ਨੂੰ ਨਾ ਜੈਲਸੀ ਵੀ ਬਹੁਤ ਹੁੰਦੀ ਆ, ਹਨਾ, ਇੰਨੀ ਜੈਲਸੀ ਕਰਦੀਆਂ, ਮੈਨੂੰ ਸਮਝ ਨਹੀਂ ਲੱਗਦੀ ਵੀ ਇੰਨੀ ਜੈਲਸੀ ਕਿਉਂ ਕਰਦੀਆਂ। ਤੁਸੀਂ ਜੈਲਸੀ ਨਹੀਂ ਕਰਨੀ, ਤੁਸੀਂ ਗਹਿਣੇ ਲੋਕਾਂ ਦੇ ਵੇਖ ਕੇ ਤੇ ਆਪਣੇ ਵੀ ਉੱਦਾਂ ਦੇ ਲੈਣੇ, ਕੋਈ ਚੱਕਰ ਨਹੀਂ ਹੈਗਾ। ਇਸ ਨਾਲ ਹੀ ਐਪੀਸੋਡ ਦੀ ਸਮਾਪਤੀ ਕਰਦੇ, ਅਗਲੀ ਵਾਰ ਫਿਰ ਲੈ ਕੇ ਆਵਾਂਗੇ ਜੀ ਨਵਾਂ ਟੌਪਿਕ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।